रंजीत शमी चंडीगढ़ सेक्टर 45 बड़ैल स्थित सोनू शाह और दो साथियों में समेत फायरिंग चलने के मामले में गंभीर रूप से जख्मी हो गए, जिसकी सूचना तुरंत पुलिस को दी गई। मौके पर पहुंची पुलिस जख्मी हुए तीनों युवकों को तुरंत सेक्टर 32 के अस्पताल में लेकर पहुंची। जानकारी के मुताबिक पता चला है कि सेक्टर 45 बड़ैल के रहने वाले सोनू शाह शनिवार को दोपहर करीब 1 बजे अपने साथियों समेत कार्यालय में बैठे थे, जिसके चलते 3 से 4 युवक अज्ञात आए और ताबड़तोड़ फायरिंग कर फरार हो गए। घायल हुए 3 व्यक्तियों में से सोनू शाह की मृत्यु हो गई है। मौके की सूचना पाते ही साउथ एरिया के सभी थाना प्रभारी मौके पर पहुंचे। पुलिस मामले की जाँच कर रही है। ਵੀਰ ਕੀ ਨਾਮ ਆਪਣਾ? ਮੇਰਾ ਨਾਮ ਤਾਂ ਲੱਕੀ ਹੈ ਭਰਾ। ਲੱਕੀ ਕਿਆ ਹੋਇਆ, ਕਿਆ ਦੇਖਿਆ ਤੁਸੀਂ? ਮੈਂ ਦੇਖਿਆ ਗੱਡੀ ਮੇਰੀ ਐਂਟਰ ਹੋਈ ਅੰਦਰ ਗਰਾਊਂਡ 'ਚ। ਹਾਂਜੀ, ਗਰਾਊਂਡ 'ਚ ਐਂਟਰੀ ਹੋਈ ਤਾਂ ਮੈਨੂੰ ਆਵਾਜ਼ ਆਈ ਜਿੱਦਾਂ ਪਟਾਕੇ ਚਲਾ ਰਿਹਾ ਕੋਈ, ਤਾਂ ਮੈਨੂੰ ਕਿਆ ਪਤਾ ਵੀ ਅੰਦਰ ਗੋਲੀਆਂ ਚੱਲ ਰਹੀਆਂ ਜੀ। ਤਾਂ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਮੈਂ ਸਾਲੇ ਨੂੰ ਗੱਡੀ ਦੇ ਵਿੱਚ ਜਾਮ ਮਾਰ ਕੇ ਜਿੱਦਾਂ ਆਪ ਮਰ ਜਾਂਦਾ ਚਾਹ ਉਹਨੂੰ ਮਾਰ ਦਿੰਦਾ, ਮੈਂ ਕੁਛ ਵੀ ਕਰ ਦਿੰਦਾ। ਮੈਨੂੰ ਨਹੀਂ ਪਤਾ ਲੱਗਿਆ, ਮੈਂ ਜਗਿੰਦਰ ਆਇਆ ਦੌੜਾ ਦੌੜਿਆ ਕਹਿੰਦਾ ਵੀ ਸੋਨੂੰ ਬਾਈ ਮਾਰ ਦਿਆ, ਸੋਨੂੰ ਬਾਈ ਮਾਰ ਦਿਆ। ਜਦ ਮੈਂ ਆ ਕੇ ਦੇਖਿਆ ਨੀਚਾ ਗਿਰਿਆ ਪੈਦਾ ਜਿਵੇਂ ਹੈੱਡ ਸੀ। ਤੇ ਮਾਰ ਕਿੰਨੇ ਕੁ ਬੰਦੇ ਸੀਗੇ ਮਾਰਨ ਵਾਲੇ? ਕੁਛ ਨਹੀਂ ਜਾਣੇ ਦੱਸ ਰਹੇ ਹਾਂ। ਕੋਈ ਗੱਡੀ ਗੁੱਡੀ ਵੀ ਸੀਗੀ? ਗੱਡੀ ਨਹੀਂ ਸੀ, ਕਹਿੰਦੇ ਪੈਦਲ ਦੌੜ ਰਹੇ ਆ ਕਹਿੰਦੇ। ਕਿੰਨੇ ਬੰਦੇ ਸੀਗੇ ਅੰਦਰ? ਕੌਣ ਕੌਣ ਬੈਠਿਆ ਸੀ ਉਸ ਟਾਈਮ? ਜਗਿੰਦਰ ਸਿੰਘ, ਜਗਿੰਦਰ ਸਿੰਘ ਔਰ ਇੱਕ ਹੋਰ ਸੀ ਮੁੰਡਾ ਯਾਰ। ताज़ा अपडेट्स के लिए अर्थ प्रकाश टीवी को सब्सक्राइब करें और बेल आइकन को प्रेस करें।